ਯੂਟਿਊਬਰ ਦੀ ਗੱਡੀ ਦਾ ਕੱਟਿਆ 3 ਕਰੋੜ ਦਾ ਚਲਾਨ, ਪੁਲਿਸ ਨੇ ਲੈਂਬੋਰਗਿਨੀ ਕਰ ਲਈ ਸੀਜ਼। ਯੂਟਿਊਬਰ ਨੇ ਸੁਰੇਸ਼ ਰੈਨਾ ਦੇ ਨਾਲ ਇਸ ਲੈਂਬੋਰਗਿਨੀ ਦਾ ਸ਼ੂਟ ਕਰਨਾ ਸੀ। ਤਾਂ ਵੱਡੀ ਖਬਰ ਹੈ, ਇੱਕ ਯੂਟਿਊਬਰ ਜਿਸਦਾ ਨਾਮ ਅਨੁਰਾਗ ਡੋਬਾਲ ਹੈ, ਉਸਦੇ ਯੂਟਿਊਬ ਚੈਨਲ ਦਾ ਨਾਮ UK07 ਰਾਈਡਰ ਹੈ, ਉਸਦੀਆਂ ਹੁਣ ਮੁਸ਼ਕਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਤਾਂ ਦੱਸ ਦਈਏ ਕਿ UK07 ਰਾਈਡਰ ਦਾ ਪੁਲਿਸ ਨੇ 3 ਕਰੋੜ ਦਾ ਚਲਾਨ ਕੱਟਿਆ ਹੈ। UK07 ਰਾਈਡਰ ਲੈਂਬੋਰਗਿਨੀ ਲੈ ਕੇ ਦਿੱਲੀ ਤੋਂ ਚੇਨਈ ਗਏ ਸੀ, ਤੇ ਚੇਨਈ ਜਾਣ ਤੋਂ ਪਹਿਲਾਂ ਹੀ ਉਹਨਾਂ ਦਾ 3 ਕਰੋੜ ਦਾ ਚਲਾਨ ਕੱਟਿਆ ਗਿਆ। ਤਾਂ ਦੱਸ ਦਈਏ ਕਿ ਟਰੱਕ ਤੇ ਲੋਡ ਕਰਕੇ ਲੈ ਕੇ ਜਾਣੀ ਸੀ ਲੈਂਬੋਰਗਿਨੀ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਪੀਲੇ ਰੰਗ ਦੀ ਲੈਂਬੋਰਗਿਨੀ ਚੇਨਈ ਸੁਪਰ ਕਿੰਗ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਦੇ ਨਾਲ ਇਸਦਾ ਸ਼ੂਟ ਹੋਣਾ ਸੀ। ਪੀਲੇ ਰੰਗ ਦੀ ਇਹ ਲੈਂਬੋਰਗਿਨੀ ਸਪੈਸ਼ਲ ਦਿੱਲੀ ਤੋਂ ਚੇਨਈ ਲੈ ਕੇ ਜਾਣੀ ਸੀ, ਤਾਂ ਪੁਲਿਸ ਦੇ ਵੱਲੋਂ ਰਾਹ 'ਚ ਰੋਕ ਕੇ ਗੱਡੀ ਨੂੰ ਸੀਜ਼ ਕਰ ਲਿਆ ਗਿਆ ਲੈਂਬੋਰਗਿਨੀ। ਹਾਲਾਂਕਿ ਇਸਦੀ ਕੀਮਤ, ਗੱਡੀ ਦੀ ਕੀਮਤ 5 ਕਰੋੜ ਤੱਕ ਹੈ, ਪਰ ਚਲਾਨ ਜਿਹੜਾ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ। ਫੈਨਸ ਦੀ, ਲੋਕਾਂ ਦੀ ਨੀਂਦ ਉਡਾ ਕੇ ਰੱਖਦੀ ਹੈ, ਕਿਉਂਕਿ ਹੁਣ ਤੱਕ ਐਡਾ ਵੱਡਾ ਚਲਾਨ ਸ਼ਾਇਦ ਹੀ ਕਿਸੇ ਦਾ ਕੱਟਿਆ ਗਿਆ ਹੋਵੇ। ਤਾਂ 3 ਕਰੋੜ ਰੁਪਏ ਦਾ ਚਲਾਨ, UK07 ਰਾਈਡਰ ਦਾ 3 ਕਰੋੜ ਰੁਪਏ ਦਾ ਚਲਾਨ ਕੱਟਿਆ ਗਿਆ ਹੈ। IPL ਦੇ ਪ੍ਰਮੋਸ਼ਨ ਦੇ ਲਈ ਇਹ ਲੈਂਬੋਰਗਿਨੀ ਜਾਣੀ ਸੀ, ਟਰੱਕ ਤੇ ਲੋਡ ਕਰਕੇ ਇਹ ਦਿੱਲੀ ਤੋਂ ਲਿਆਂਦੀ ਗਈ ਸੀ ਚੇਨਈ। ਤਾਂ ਦੱਸ ਦਈਏ ਕਿ ਸੁਰੇਸ਼ ਰੈਨਾ ਦੇ ਨਾਲ ਲੈਂਬੋਰਗਿਨੀ ਦਾ ਸ਼ੂਟ ਹੋਣਾ ਸੀ। ਜਿਹੜੇ ਟਰੱਕ ਦੇ ਵਿੱਚ ਇਹ ਲੋਡ ਹੋਣੀ ਸੀ ਗੱਡੀ, ਉਸਦੇ ਕਾਗਜ਼ਾਤ ਅਧੂਰੇ ਸਨ, ਜਿਸ ਤਰ੍ਹਾਂ ਲੈ ਕੇ ਪੁਲਿਸ ਨੇ ਟਰੱਕ ਨੂੰ ਵੀ ਸੀਜ਼ ਕੀਤਾ, ਨਾਲ ਹੀ ਲੈਂਬੋਰਗਿਨੀ ਨੂੰ ਵੀ ਸੀਜ਼ ਕਰ ਦਿੱਤਾ ਅਤੇ 3 ਕਰੋੜ ਦਾ ਚਲਾਨ ਕੱਟ ਦਿੱਤਾ ਹੈ। 3 ਕਰੋੜ ਰੁਪਏ ਦੀ ਪੈਨਲਟੀ ਭਰਨੀ ਪਵੇਗੀ ਹੁਣ ਯੂਟਿਊਬਰ UK07 ਰਾਈਡਰ ਨੂੰ। ਤਾਂ ਬਿਗ ਬੌਸ ਕੰਟੈਸਟੈਂਟ, ਇੰਝ ਲੱਗਦਾ ਹੈ ਕਿ ਬਿਗ ਬੌਸ ਜਿਹੜਾ ਬੰਦਾ ਜਾ ਰਿਹਾ ਹੈ, ਉਸਦੀ ਕਿਸਮਤ ਆਏ ਦਿਨ ਖਰਾਬ ਹੁੰਦੀ ਜਾ ਰਹੀ ਹੈ। ਪਹਿਲਾਂ ਐਲਵਿਸ਼, ਦੂਜੇ ਨੰਬਰ 'ਤੇ ਮੁਨਾਵਰ ਫਰੂਕੀ, ਜੋ ਕਿ ਬੀਤੇ ਦਿਨ ਹੁੱਕਾਬਾਰ 'ਚੋਂ ਅਰੈਸਟ ਕੀਤੇ ਗਏ ਸੀ। ਤਾਂ ਹੁਣ ਤੀਜਾ ਯੂਟਿਊਬਰ ਅਨੁਰਾਗ ਡੋਬਾਲ, ਜਿਸ ਦੀ ਲੈਂਬੋਰਗਿਨੀ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਲੈਂਬੋਰਗਿਨੀ ਦਾ 3 ਕਰੋੜ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਤਾਂ ਬਿਗ ਬੌਸ 17 ਅਨੁਰਾਗ ਡੋਬਾਲ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਿਹਾ ਅਨੁਰਾਗ ਡੋਬਾਲ, ਜਿੱਥੇ ਬਿਗ ਬੌਸ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ। ਤਾਂ ਦੱਸ ਦਈਏ ਕਿ ਅਨੁਰਾਗ ਡੋਬਾਲ ਦਾ ਨਾਮ ਬਿਗ ਬੌਸ 17 ਦੇ ਵਿੱਚ ਜੋਕਰ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਅਨੁਰਾਗ ਡੋਬਾਲ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਬਿਗ ਬੌਸ ਉੱਤੇ ਵੀ ਇਲਜ਼ਾਮ ਲਗਾਉਂਦੇ ਹੋਏ ਅਨੁਰਾਗ ਡੋਬਾਲ ਨਜ਼ਰ ਆਏ ਸੀ। ਤਾਂ ਹੁਣ ਅਨੁਰਾਗ ਡੋਬਾਲ ਦੀਆਂ ਮੁਸ਼ਕਲਾਂ ਦੁਬਾਰਾ ਤੋਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਉਹਨਾਂ ਨੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਨਾਲ ਆਪਣੀ ਲੈਂਬੋਰਗਿਨੀ ਦਾ ਸ਼ੂਟ ਕਰਨਾ ਸੀ, ਪਰ ਸ਼ੂਟ ਕਰਨ ਤੋਂ ਪਹਿਲਾਂ ਹੀ 3 ਕਰੋੜ ਰੁਪਏ ਦਾ ਚਲਾਨ ਕੱਟ ਲਿਆ ਗਿਆ। ਤਾਂ ਦੱਸ ਦਈਏ ਕਿ ਫਲੈਟ ਬੈੱਡ 'ਤੇ ਇਹ ਲੋਡ ਕਰਕੇ ਲੈਂਬੋਰਗਿਨੀ ਜਾਣੀ ਸੀ, ਜਿਸ ਦੀ ਕੀਮਤ 2.5 ਲੱਖ ਸੀ। 2.5 ਲੱਖ ਰੁਪਏ ਅਨੁਰਾਗ ਡੋਬਾਲ ਦੇ ਵੱਲੋਂ ਦਿੱਤੇ ਗਏ ਟਰੱਕ ਡਰਾਈਵਰ ਨੂੰ, ਪਰ ਟਰੱਕ ਦੀ ਗਲਤੀ ਕਾਰਨ ਇਹਨਾਂ ਨੂੰ ਵੀ ਖਮਿਆਜ਼ਾ ਭੁਗਤਣਾ ਪਿਆ ਹੈ। ਅਨੁਰਾਗ ਜਿਹੜੇ ਟਰੱਕ ਦੇ ਵਿੱਚ ਆਪਣੀ ਗੱਡੀ ਲੋਡ ਕਰਕੇ ਲੈ ਕੇ ਜਾ ਰਹੇ ਸੀ, ਉਸਦੇ ਕਾਗਜ਼ਾਤ ਪੂਰੇ ਨਹੀਂ ਸਨ। ਪੁਲਿਸ ਨੇ ਉਹਨੂੰ ਰੋਕ ਕੇ ਵੀ ਸੀਜ਼ ਕੀਤਾ ਅਤੇ ਪਿੱਛੇ ਪਈ ਲੈਂਬੋਰਗਿਨੀ ਦਾ ਵੀ 3 ਕਰੋੜ ਦਾ ਚਲਾਨ ਕੱਟ ਦਿੱਤਾ ਹੈ। ਹਾਲਾਂਕਿ ਬਾਅਦ ਦੇ ਵਿੱਚ ਮਾਮਲਾ ਸੁਲਝਾ ਲਿਆ ਗਿਆ ਹੈ।